डॉक्टर साहब ਤੁਸੀਂ ਇਹ ਸੋਚਿਆ ਸੀ ਕਦੇ ਕਿ ਮੁੱਖ ਮੰਤਰੀ ਨੂੰ ਹਰਾ ਦੋਗੇ ਤੁਸੀਂ? ਬਹੁਤ ਡਿਟਰਮੀਨੇਸ਼ਨ ਪੱਕਾ ਸੀ ਕਿ ਮੁੱਖ ਮੰਤਰੀ ਨੂੰ ਹਰਾਉਣਾ। ਨਹੀਂ ਮਿਸਟਰ ਚੰਨੀ ਦੀਆਂ ਅੱਖਾਂ 'ਚ ਤੁਸੀਂ ਕੋ ਰੜਕਦੇ ਸੀ ਜਦੋਂ ਮੈਨੂੰ ਪੰਜਾਬ ਦਾ ਡਾਕਟਰ ਸੈੱਲ ਦਾ ਪ੍ਰਧਾਨ ਬਣਾਇਆ ਗਿਆ ਤਾਂ ਇਹਨਾਂ ਨੂੰ ਬਹੁਤ ਤਕਲੀਫ ਹੋਈ ਸੀ। ਚਮਕੌਰ ਸਾਹਿਬ ਨਾਲ ਚਰਨਜੀਤ ਤੇ ਚੰਨੀ ਦਾ ਲਿੰਕ ਕੀ ਰਹਿੰਦਾ? ਇੱਕ ਚਰਨਜੀਤ ਗਿਆ ਦੂਜਾ ਚਰਨਜੀਤ ਆ ਗਿਆ। ਲੋਕਾਂ ਨੇ ਭਲੇਖੇ ਨਾਲ ਤਰੀ ਵੋਟਾਂ ਪਾਤੀਆਂ ਤੁਹਾਨੂੰ ਕਿ ਵੀ ਉਸ ਚਰਨਜੀਤ ਨੂੰ ਪਾਣੀ ਅਸੀਂ ਇੱਧਰ ਪੈ ਗਏ ਤੇ ਅਸੀਂ ਧਰਮ ਪਤਨੀ ਨੂੰ ਕਿਵੇਂ ਸਮਝਾਉਂਗੇ? ਉਹ ਤਾਂ ਤਮੰਨਾ ਪਾਲੀ ਬੈਠੇ ਸੀਗੇ ਡਿਪਟੀ ਚੀਫ ਮਿਨਿਸਟਰ ਹੁੰਦੇ ਜਾਂ ਹੈਲਥ ਮਿਨਿਸਟਰ ਹੁੰਦੇ। ਕਈ ਵਾਰੀ ਡਾਕਟਰ ਸਾਹਿਬ ਇੱਦਾਂ ਹੁੰਦਾ ਬੰਦਾ ਆਪ ਨਹੀਂ ਕਹਿ ਪਾਉਂਦਾ ਪਤਨੀ ਤੋਂ ਕਵਾ ਦਿੰਦਾ, ਕਿਤੇ ਇੱਦਾਂ ਤਾਂ ਨਹੀਂ? ਇਹ ਸਿਮਿਲੈਰਿਟੀ ਕਿਉਂ ਆ ਤੁਹਾਡੇ ਤੇ ਮਿਸਟਰ ਚੰਨੀ ਚੇਨੀ? ਨਾ ਚ ਸਿਮਿਲੈਰਿਟੀ ਹੈ, ਕੰਮ ਬਿਲਕੁਲ ਹੀ ਪੁੱਠੇ ਨੇ ਉਹਨਾਂ ਦੇ ਦੂਜੇ ਤਰ੍ਹਾਂ। ਸਾਡੇ ਸਮਾਜ ਸੇਵੀ ਹੈ। ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ? ਸਾਡੇ ਮਦਰ ਵੀ ਮੇਰੇ ਉਹ ਅਨਪੜ੍ਹ ਸੀ, ਉਹਨਾਂ ਦੀ ਇਹੀ ਤਮੰਨਾ ਸੀ ਕਿ ਮੈਂ ਸਕੂਲ ਦਾ ਦਰਵਾਜ਼ਾ ਨਹੀਂ ਦੇਖਿਆ ਤੇ ਮੇਰੇ ਬੱਚੇ ਜਿਹੜੇ ਆ ਉਹਨਾਂ ਚ ਏਦਾਂ ਦੀ ਕਮੀ ਨਾ ਹੋ। ਅੱਜ ਜਦੋਂ ਇਸ ਮੁਕਾਮ ਤੇ ਮੈਂ ਪਹੁੰਚਿਆ, ਅੱਜ ਉਹ ਹੈ ਨਹੀਂ ਇੱਥੇ। ਜਸ ਟੀਵੀ ਦੇਖ ਰਹੇ ਤੁਸੀਂ, ਮੈਂ KP ਸਿੰਘ ਵਿਊ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਵਿੱਚ ਵੱਡੇ ਵੱਡਿਆਂ ਦੇ ਕਿਲੇ ਟਹਿ ਗਏ ਅਤੇ ਆਮ ਆਦਮੀ ਪਾਰਟੀ ਦੇ ਉਹ ਚਿਹਰੇ ਅੱਗੇ ਆਏ ਜਿਹੜੇ ਸ਼ਾਇਦ ਤੁਹਾਡੇ ਸਾਡੇ ਲਈ ਅਣਜਾਣ ਸਨ, ਪਰ ਉਹਨਾਂ ਨੇ ਵੱਡਿਆਂ ਵੱਡਿਆਂ ਨੂੰ ਹਰਾਇਆ। ਮੁੱਖ ਮੰਤਰੀ ਚਰਨ ਸਿੰਘ ਚੰਨੀ ਨੂੰ ਹਰਾਉਣ ਵਾਲੇ ਸ਼ਖਸ ਸਾਡੇ ਨਾਲ ਇਸ ਵਕਤ ਮੌਜੂਦ ਹੈਗੇ ਆ। ਸਿੱਧਾ ਉਹਨਾਂ ਨਾਲ ਤੁਹਾਡਾ ਰਾਬਤਾ ਕਰਾਉਂਦੇ ਅਤੇ ਉਸ ਵਕਤ ਸਿੱਧੇ ਸਵਾਲ ਜਵਾਬ ਹੋਣ ਕੇ ਉਹਨਾਂ ਦਾ ਨਾਮ ਵੀ ਚਰਨਜੀਤ ਹੈ ਅਤੇ ਅੱਗੇ ਡਾਕਟਰ ਲੱਗਦਾ ਹੈ। ਮਿਸਟਰ ਚੰਨੀ ਦੇ ਨਾਮ ਅੱਗੇ ਵੀ PhD ਵਾਲਾ ਡਾਕਟਰ ਲੱਗੇਗਾ, ਪਰ ਉਹਨਾਂ ਦੇ ਨਾਮ ਦੇ ਪਿੱਛੇ ਚੰਨੀ ਨਹੀਂ ਲੱਗਦਾ ਸੀਗਾ, ਹੁਣ ਲੱਗਣ ਲੱਗਿਆ ਕਿ ਨਹੀਂ ਲੱਗਿਆ ਸਵਾਲ ਉਹ ਸਾਰੇ ਹੋਣਗੇ। ਡਾਕਟਰ ਚਰਨਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ ਸਰ। ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ, ਬਹੁਤ ਸਧਾਰਨ ਸਵਾਲ ਹੋਣਗੇ ਸਰ। ਡਾਕਟਰ ਸਾਹਿਬ ਤੁਸੀਂ ਇਹ ਸੋਚਿਆ ਸੀ ਕਦੇ ਕਿ ਮੁੱਖ ਮੰਤਰੀ ਨੂੰ ਹਰਾ ਦੋਗੇ ਤੁਸੀਂ? ਬਿਲਕੁਲ ਸੋਚਿਆ ਸੀ ਜੀ, ਇਸੇ ਲਈ ਇਸੇ ਹਲਕੇ ਤੋਂ ਟਿਕਟ ਮੰਗੀ ਸੀ ਪਹਿਲੀ ਵਾਰ ਵੀ ਤੇ ਇਸ ਵਾਰ ਵੀ ਇਸੇ ਹਲਕੇ ਚੋਂ ਟਿਕਟ ਔਰ ਲੜਨਾ ਵੀ ਇੱਥੋਂ ਸੀ, ਕਿਉਂਕਿ ਇਹ ਸ਼ੁਰੂ ਤੋਂ ਹੀ ਦ੍ਰਿੜ ਇਰਾਦਾ ਸੀਗਾ, ਬਹੁਤ ਡਿਟਰਮੀਨੇਸ਼ਨ ਪੱਕਾ ਸੀ ਕਿ ਮੁੱਖ ਮੰਤਰੀ ਨੂੰ ਹਰਾਉਣਾ। ਉਦੋਂ ਤਾਂ ਚਰਨਜੀਤ ਸਿੰਘ ਚੰਨੀ ਨੇ ਵੀ ਨਹੀਂ ਸੋਚਿਆ ਹੋਊਗਾ ਮੈਂ ਕਦੇ ਮੁੱਖ ਮੰਤਰੀ ਬਣੂਗਾ, ਜੋ ਤੁਸੀਂ ਸੋਚ ਲਿਆ ਕਿ ਮੈਂ ਮੁੱਖ ਮੰਤਰੀ ਨੂੰ ਹਰਾਉਣਾ। ਹਾਂਜੀ 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 ਬਿਲਕੁਲ ਸਹੀ ਹੈ। ਹਾਂਜੀ, ਤੇ ਇਸ ਤੋਂ ਪਹਿਲਾਂ ਤੁਸੀਂ ਕਿਹੜੀ ਪਾਰਟੀ ਵਿੱਚ ਸੀਗੇ? ਇਸ ਤੋਂ ਪਹਿਲਾਂ ਜੀ ਮੈਂ ਕਾਂਗਰਸ ਚ ਸੀਗਾ ਤੇ ਹੈ ਤਾਂ ਕਾਂਗਰਸ ਚ ਮੈਂ 2002 ਤੋਂ ਸੀ ਔਰ 2014 ਚ ਮੈਨੂੰ ਪੰਜਾਬ ਦੇ ਡਾਕਟਰ ਸੈੱਲ ਦਾ ਚੇਅਰਮੈਨ ਲਗਾਇਆ ਸੀ ਸਰਦਾਰ ਪ੍ਰਤਾਪ ਸਿੰਘ ਬਾਜਵਾ, ਉਦੋਂ ਕਾਂਗਰਸ ਦੇ ਪ੍ਰਧਾਨ ਸੀਗੇ ਪੰਜਾਬ ਦੇ। ਤੇ ਉਸ ਤੋਂ ਬਾਅਦ 2015 ਜਦੋਂ ਆਮ ਆਦਮੀ ਪਾਰਟੀ ਪੰਜਾਬ ਚ ਆਈ, ਉਦੋਂ ਫਿਰ ਮੈਂ 2015 ਚ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ। ਨਹੀਂ ਤੁਸੀਂ ਕਾਂਗਰਸ ਨੂੰ ਅੱਖਾਂ ਕਿਉਂ ਦਿਖਾਤੀਆਂ? ਤੁਸੀਂ ਕਾਂਗਰਸ ਨੂੰ ਅੱਖਾਂ ਇਸ ਲਈ ਦਿਖਾਈਆਂ ਸੀ ਵੀ ਚਰਨਜੀਤ ਸਿੰਘ ਚੰਨੀ ਨੂੰ ਹਰਾਉਣਾ। ਨਹੀਂ, ਮਿਸਟਰ ਚੰਨੀ ਦੇ ਨਾਲ ਕੋਈ ਨਿੱਜੀ ਵੈਰ ਹੈ ਤੁਹਾਡਾ? ਨਹੀਂ, ਨਿੱਜੀ ਵੈਰ ਸਿਰਫ ਇਹੀ ਸੀ ਕਿ ਜਦੋਂ ਮੈਨੂੰ ਪੰਜਾਬ ਦਾ ਡਾਕਟਰ ਸੈੱਲ ਦਾ ਪ੍ਰਧਾਨ ਬਣਾਇਆ ਗਿਆ ਤਾਂ ਇਹਨਾਂ ਨੂੰ ਬਹੁਤ ਤਕਲੀਫ ਹੋਈ ਸੀ ਤੇ ਇਸ ਕਰਕੇ ਇਹ ਮਨ ਚ ਠਾਣ ਲਿਆ ਸੀ ਕਿ ਇਹਨਾਂ ਦੇ ਵਿਰੁੱਧ ਹੀ ਲੜਨਾ। ਨਹੀਂ, ਮਿਸਟਰ ਚੰਨੀ ਦੀਆਂ ਅੱਖਾਂ 'ਚ ਤੁਸੀਂ ਕਿਉਂ ਰੜਕਦੇ ਸੀਗੇ? ਇਹ ਤਾਂ ਚੰਨੀ ਸਾਹਿਬ ਜਾਣਨ, ਜਦੋਂ ਮੈਨੂੰ ਪ੍ਰਧਾਨ ਬਣਾਇਆ ਗਿਆ ਤਾਂ ਇਹਨਾਂ ਨੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੂੰ ਕਿਹਾ ਕਿ ਤੁਸੀਂ ਮੇਰੇ ਹਲਕੇ 'ਚ ਇੱਕ ਪਿੱਪਲ ਲਗਾ ਤਾ ਤੇ ਇਸ ਕਰਕੇ ਮੈਂ ਕਿਹਾ ਕੋਈ ਗੱਲ ਨੀ ਬਾਈ, ਆਮ ਆਦਮੀ ਪਾਰਟੀ ਉਦੋਂ ਇਹਨਾਂ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਤੇ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ। ਅਰਵਿੰਦ ਕੇਜਰੀਵਾਲ ਜੀ ਦਾ ਜਿਹੜਾ ਮਾਡਲ ਸੀ ਉਹ ਬਹੁਤ ਵਧੀਆ ਲੱਗਿਆ, ਬਹੁਤ ਵਧੀਆ ਨੀਤੀ, ਉਹਨਾਂ ਦੀ ਨੀਤੀ ਔਰ ਨੀਅਤ ਬਹੁਤ ਸਾਫ਼ ਸੁਥਰੀ ਸੀ ਤੇ ਇਸ ਕਰਕੇ ਮੈਂ ਆਮ ਆਦਮੀ ਪਾਰਟੀ 2015 ਜੁਆਇਨ ਕੀਤੀ। ਮੈਂ ਪਿੱਪਲ ਦਾ ਮਤਲਬ ਨਹੀਂ ਸਮਝਿਆ ਡਾਕਟਰ ਸਾਹਿਬ। ਹੈ ਜੀ, ਮੈਂ ਪਿੱਪਲ ਦਾ ਮਤਲਬ ਨਹੀਂ ਸਮਝਿਆ।
अपने वेड़े च पिपल लगाने का मतलब यह होंगे कि अपने किस दुश्मनी कढ़ना चन्नी भी नाम के पिछे लाना शुरू कर दो कहते महल वाले चनी रिकोगनाइज चनी कर दी आप बिलकुल बिलकुल सर पहले तो मैं काफी क्योंकि प्रेस वाले ने मेरे पिछे चनी लाना शुरू करता सी हल्के च मैं तुम तो दस देना चाहना कि मैं इस हल्के च 1990 तो ते चरणजीत सिंह चनी इत बाद आए 2002 च क्योंकि मैं 21 स्पैशलिस्ट हाँ पहला मैं 1990 च सरकारी नौकरी इत की है 2000 च जाके मैं अपना प्राइवेट अखा का क्लीनिक उस मोरिंडे खोलिया जो चमकौर साहब हल्के च पैंदा ते उत्थे जदों मैं मेरा इंटरस्ट पॉलिटिक्स च थोड़ा बहुत होने लग्या तो फिर उत्थे लोकां प्रेस दे थ्रू प्रेस वाले ने मेरे पिछे भी जिहड़ा हैगा चन्नी लगाना शुरू किया हालांकि मैं बहुत उन्होंने अवॉयड किया कि मैं चन्नी नहीं हाँ मैं डॉक्टर चरणजीत सिंह हाँ लेकिन यह नहीं पता किवें दृढ़ रहे उन्होंने चन्नी हटाया नहीं ते मैं फिर मैं कहा ठीक है फिर चलन दे हूं चमकौर साहब ना चरणजीत ते चन्नी दा लिंक की रहिंदा कि एक चरणजीत गया दूजा चरणजीत आ गया लोकां ने भुलेखे नाल तां नहीं वोटां पातियां तुहानूं कि वी उस चरणजीत नूं पाणी असीं इधर पै गए नहीं एदां दी कोई गल नहीं है इस वारी तां ना नाल नहीं जी इस वारी तां जिहड़ी झाड़ू लोकां ने झाड़ू फेरिया असी भी मैं भी हल्के च यही कहिंदा सी भी तुसी ना ते ना जायो तुसी सिर्फ याद रखना कि झाड़ू अरविंद केजरीवाल जी का जिहड़ा गवर्नेंस मॉडल वह बहुत कामयाब मॉडल होया 2020 जो अरविंद केजरीवाल जी ने यह कहा कि अगर मैं काम किया तो मैनू वोटा पायो तो लोगों ने बहुत ज्यादा वोटा पाइया 17 चो 62 सीटा जड़िया दिल्ली च दोबारा दित्तियां उन्होंने पहला 67 दित्तियां सी तां इस करके ओ जिहड़ा मॉडल सी पंजाब च पंजाबियों नूं भी बहुत पसंद आया क्योंकि पंजाब पिछले 74 सालां च बहुत लुटिया ते कुटिया जा रहा सी खास करके जे पिछले 20 सालां दी गल करिए जिहड़ी स्टेट कदे एक नंबर ते हुंदी सी अज मेरा ख्याल 22वें नंबर ते पहुंच गई है और यह सारा कुछ होया रवायती पार्टियां दे कारण जिन्होंने कि बुरी तरह पंजाब नूं लुटिया कुटिया माफी राज चलाए और लोकां लई काम करन दी बजाए उन्होंने अपने अपने जड़े हैगे कुलवे जड़े अगे वधाए और अपनियां तिजोरियां भरियां इह सिमिलैरिटी क्यों तुहाडे ते मिस्टर चन्नी चेनी उन्हां दी पत्नी भी डॉक्टर है मेरा ख्याल ते तुहाडी पत्नी भी डॉक्टर है शायद उन्हां दी पत्नी दा नाम डॉक्टर कमलजीत है तुहाडी पत्नी दा नाम मेरा ख्याल डॉक्टर हरजीत है हरजीत दोनों पिछे जीत जीत है एक दे पल्ले हार पै गई हाँ जी बिल्कुल ठीक है सिमिलर नाच सिमिलैरिटी है काम बिल्कुल ही पुठे ने उन्हां दे दूजे तरह साडे समाज सेवी है उन्हां दे तां तुसीं जाणदे हो मैं नहीं जानदा सर मैं जानता हूं तो मैं सवाल ही ना करता सर मैं तुहाडे मुंह सुनना चाहता हूं पुठे काम की है सर मुख्यमंत्री रहे पंजाब दे मुख्यमंत्री रहे सर हाँ जी हल्का जानता कि 15 साल तो वह हल्के सी लोगों को बड़िया उम्मीदा सी कि वह काम करनगे हल्के लिए लेकिन पहले 10 साल तो उन्होंने ये कह के कटते कि मेरा साड़ी पार्टी है नहीं मैं ना साड़ी पार्टी नहीं आई सत्ता च दूसरी बार ही तीजी बारी पार्टी भी आई पहला कैबिनेट मंत्री भी रहे 4.5 साल और फिर उस तो बाद 5 महीने मुख्यमंत्री भी रहे लेकिन फिर भी परफॉर्मेंस निल रही सो ये कारण रहे ते एक ता क्योंकि लोकी तंग आ चुके से ऐसे सिस्टम तो ऐसा जड़ा निजाम लुट खो दे निजाम तो तंग आए पे ठीक है मैं एक छोटा ब्रेक लूंगा ब्रेक तो वापस आऊंगा डॉक्टर चरणजीत सिंह पता नहीं मेरे ना घट बोलते पे जां घट बोलते हैं मैं इन्हों तो सवाल लैन की कोशिश करूँगा ता जो सानू समझ आ सके कि सरकारी नौकरी छड़ के सियासत विच क्यों आए
अखां दे डाक्टर नूं सियासत विच दिखिया की ते उस सियासत दे विचाले डाक्टर चरणजीत दा सुपना छड़ा वो इत्थों तिकर है जां अगे सुपना सीगा जिहड़ा पूरा नहीं होयागा वापस आके पुछूंगा जरूर। एक बार फिर थोड़ा स्वागत करते हैं डॉक्टर चरणजीत सिंह साढ़े नाल मौजूद है। डॉक्टर साहब तुसी मेरे नाल घट बोलते हो या पार्टी ने कहा कि घट बोलना है ज्यादा नहीं गल करनी? नहीं ऐसी कोई गल नहीं है जी, तुसी जो मर्जी पूछ सकते हो ते तुहाडे सवालों का सारे जवाब देवांगा। वैसे मैं बाई नेचर घट ही बोलना ते कोई ऐसी गल नहीं, तुसी जो सवाल करोगे तुहाडे जवाब देवांगा। फिर तुसी घट बोलते हो फिर तो तुहानूं कोई भंगड़ा भुंगड़ा भी नहीं आता होना गा, कोई बकरी का दुध दुध भी नहीं चोना आता होगा तुहानूं? मैनू तो सिर्फ अखां दे ऑपरेशन करने आंदे आ ते उस तो बाद हुण पॉलिटिक्स च आ गए, हुण देखे पॉलिटिक्स करांगे लोकां दी सेवा करांगे, इस तो इलावा मैनू कुछ नहीं आंदा होर। चलो मैं लाइटर मोड दे विच कोई सवाल कर गया ही तुहानूं डॉक्टर चरणजीत सिंह। मैं बड़ा संजीदगी वाला तुहानूं एक सवाल करना चाहुंदा डॉक्टर चरणजीत सिंह कि पंजाब नूं इह सब कुछ दिखदा पिया सीगा कि इस सिस्टम नूं बदलना जां पंजाब कोले कोई बदल नहीं हैगा सीगा इस लई तुहानूं लिया आया पंजाब सारे लोगों नूं? मैं कल डॉक्टर चरणजीत की गल नहीं कर रहा, मैं पूरी आम आदमी पार्टी की गल कर रहा। देखो पंजाब नूं बहुत देर तो लुटिया जा रहा सी, लोग बहुत दुखी सन, लेकिन पिछली बार जिहड़ा हैगा उह कैप्टन अमरिंदर सिंह दे भुलेखे च आ गए जदों उन्होंने गुटका साहब हाथ फड़ के सौहां खाधियां, लोगों ने सोचा कि शायद साडा जो हाल है वह कैप्टन साहब सुधार सकन, पर पिछले पंजा सालां च जो हालात होर बद तो बदतर हो गए फिर लोगों नूं यह नज़र आउण लग्या कि यह नहीं सानू बदलाव करना पएगा। तो बदलाव लई लोगों के सामने एको ही पार्टी सी, वह सी आम आदमी पार्टी जो कि दिल्ली च वधिया काम करके दिखा चुके सन अरविंद केजरीवाल जी का गवर्नेंस मॉडल, किवें उन्होंने सेहत के खेत्र च किवें उन्होंने सिक्ख्या के खेत्र च काम किए, किवें लोगों सस्ती बिजली दिती, किवें लोगों जिहड़ा पानी का उत्थे माफिया चलता सी उस तो छुटकारा दिता, और 100% जिन्हें उन्होंने वादे किए सी वह सारे दिल्ली वासियों उन्होंने पूरे करके दिखाए। सो हाँ बोलो बोलो प्लीज। हाँ सो इस करके लोगों नूं जिहड़ा बदल दिया बदल उन्हां नूं इस वारी करना ही सी ते सब तो वधिया बदल उन्हां नूं आम आदमी पार्टी ही नज़र आया। मैं एक चीज़ तुहाडे सामने जाणना, तुहाडा सफर किहो जिहा रहा, तुसीं की काम करदे सीगे डॉक्टरी तो अलावा इस प्रोफेशन तो अलावा तुसीं लोकां दे नेड़े किवें सीगे, कि लोकां दी अखां च अखां पा के देखदे सी इसलिए नेड़े सी तुसीं? नहीं देखो मैं 1990 तो तुहानूं दस्सिया वी इस हल्के च काम कर रहा और इन्हां जिहड़ियां 32 सालां च मैं 2000 अखां दे मुफ्त ऑपरेशन कैंप इत्थे लगाए जो कि सारे पंजाब हरियाणा हिमाचल उत्तराखंड दिल्ली सारे स्टेटां च मैं लगाए और इन्हां च मैं 45,000 अखां दे ऑपरेशन जिहड़े मुफ्त किते आ इन्हां कैंपां च। सो अपने जे हल्के की गल करिए अपने हल्के च भी तकरीबन मैं ज़्यादा नहीं तो 15,000 दे करीब ਜਿਹੜੇ ਆ ਲੋਕਾਂ ਦੇ ਮੁਫ਼ਤ ਆਪਰੇਸ਼ਨ ਕੀਤੇ ਆ ਕੈਂਪਾਂ ਦੇ ਵਿੱਚ। ਸੋ ਮੈਂ ਤਕਰੀਬਨ ਹਰ ਘਰ ਨਾਲ ਵਾਕਫ ਸੀ ਔਰ 32 ਸਾਲਾਂ 'ਚ ਜੇ ਮੈਂ ਗੱਲ ਕਰਾਂ ਤਾਂ ਮੇਰਾ ਜ਼ਿਆਦਾ ਜਿਹੜਾ ਸਮਾਂ ਸੀ ਜਿਵੇਂ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 6-7 ਵਜੇ ਤੱਕ ਤਾਂ ਮੈਂ ਆਪਣੇ ਹਲਕੇ 'ਚ ਹੀ ਰਹਿੰਦਾ ਰਿਹਾ, ਇਸ ਕਰਕੇ ਲੋਕਾਂ ਨਾਲ ਬਹੁਤ ਮਿਲਵਰਤਨ ਸੀ ਮੇਰਾ। ਸ਼ਾਇਦ ਹੀ ਕੋਈ ਐਸਾ ਘਰ ਹੋਵੇ ਐਸਾ ਹਾਊਸ ਹੋਲਡ ਹੋਵੇ ਜਿਸ ਨੇ ਮੈਨੂੰ ਅੱਖਾਂ ਨਹੀਂ ਦਿਖਾਈਆਂ, ਅੱਖਾਂ ਲੱਖਾਂ ਲੋਕਾਂ ਦੀਆਂ ਜਿਹੜੀਆਂ ਅੱਖਾਂ ਦੇ ਵਿੱਚ ਮੈਂ ਝਾਤ ਮਾਰ ਕੇ ਦੇਖਿਆ ਕਿ ਉਹ ਇਸ ਸਿਸਟਮ ਤੋਂ ਬਹੁਤ ਦੁਖੀ ਨੇ ਔਰ ਉਹਨਾਂ ਦੇ ਸੁਪਨੇ ਜਿਹੜੇ ਆ ਉਹ ਬਿਲਕੁਲ ਸਾਕਾਰ ਨਹੀਂ ਹੋ ਸਕੇ, ਐਸਾ ਸਿਸਟਮ ਸੀਗਾ। ਜੇ ਮੈਨੂੰ ਇਸ ਤਰੀਕੇ ਸਮਝਾ ਡਾਕਟਰ ਸਾਹਿਬ ਕਿ ਅੱਖਾਂ ਦੇ ਰਸਤੇ ਤੁਸੀਂ ਦਿਲ 'ਚ ਉਤਰ ਗਏ? ਬਿਲਕੁਲ ਬਿਲਕੁਲ ਜੀ, ਅੱਖਾਂ ਜੇ ਕਿਸੇ ਦੇ ਦਿਲ 'ਚੋਂ ਉਤਰਨਾ ਹੋਵੇ ਤਾਂ ਅੱਖਾਂ ਤੋਂ ਵਧੀਆ ਰਸਤਾ ਕੋਈ ਹੋਰ ਨਹੀਂ ਔਰ ਮੈਂ ਵੀ ਇਹੀ ਰਸਤਾ ਜਿਹੜਾ ਅਪਣਾਇਆ ਔਰ ਲੋਕਾਂ ਦੇ ਦਿਲਾਂ ਤੱਕ ਪਹੁੰਚਿਆ। ਡਾਕਟਰ ਚਰਨਜੀਤ ਸਿੰਘ ਤੁਸੀਂ ਕਿਹਾ ਵੀ ਅੱਖਾਂ ਦੇ ਰਸਤੇ ਮੈਂ ਦਿਲ 'ਚ ਉਤਰ ਗਿਆ ਅਤੇ ਲੋਕਾਂ ਦੇ ਸੁਪਨੇ ਪੂਰੇ ਨਹੀਂ ਹੋ ਰਹੇ ਸੀਗੇ, ਸੁਪਨੇ ਤੁਹਾਡੇ ਅਜੇ ਵੀ ਅਧੂਰੇ ਆ ਜੋ ਮੇਰੇ ਕੋਲ ਜਾਣਕਾਰੀ ਹੈਗੀ ਹੈ। ਕੈਬਨਿਟ ਦੇ ਵਿੱਚ 10 ਮੰਤਰੀਆਂ ਨੂੰ ਸ਼ਾਮਿਲ ਕੀਤਾ ਗਿਆ, ਮਾਨ ਸਾਹਿਬ ਦੀ ਕੈਬਨਿਟ 11 ਤਿਆਰ ਹੋਈ ਹੈ ਜਿਹੜੀ ਕ੍ਰਿਕਟ ਟੀਮ ਹੁੰਦੀ ਹੈ, ਅਤੇ ਉਸ ਤੋਂ ਬਾਅਦ ਅਜੇ ਪੈਂਡਿੰਗ ਪਿਆ ਮਾਮਲਾ।
मैं कितने पढ़ रहा सीगा तुहाडी पत्नी की तमन्ना सी कि तुसी जां तां डिप्टी सीएम होंदे ते जां हेल्थ मिनिस्टर होंदे। देखो जी तमन्नावां तां हर बंदे दीआं हुंदीआं पर साडी इस पार्टी नाल जुड़े हैं, ये पार्टी इनकलाब चो उठी है, साढ़े मन च यह सी भी असी पंजाब बदलना है, असी इत्थे MLA बनन या किसी मिनिस्टर बनन नहीं आए हुए, असी तो पंजाब नूं बदलन आए हुए हैं और अरविंद केजरीवाल जी की नीतियां तो प्रभावित हुए हैं, भगवंत मान जी की जिहड़ी इमानदारी है उस तो प्रभावित हुए हैं, साढ़े हल्के च इन्हां दो शख्सियतों का बहुत वड्डा रोल रहा, बाकी मेरे हल्के च राघव चड्डा जी भी आए, जितेंद्र जैन जी भी आए ते होर साढ़े डिप्टी मुख्यमंत्री दिल्ली दे सिसोदिया जी वह भी आए, उन्होंने सारे ने आके मेरे हल्के च जिहड़ी कंपेनिंग की ते मैं एक यही सानू आस सी कि हाँ एक वधिया जिहड़ा आपां इतिहास सिरजना है, मुख्यमंत्री नूं हराउणा है पर मेरा अरविंद केजरीवाल जी नाल वादा सी कि मैं मुख्यमंत्री नूं हरा के ਇਹ ਜਿਹੜੀ ਸੀਟ ਹੈ ਉਹਨਾਂ ਦੀ ਝੋਲੀ 'ਚ ਪਾਵਾਂਗਾ। ਤੁਸੀਂ ਕਿਹਾ ਸੀ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਕਿਹਾ ਸੀਗਾ ਕਿ ਲਿਖ ਕੇ ਦੇ ਦਿਓ? ਨਹੀਂ ਮੈਂ ਨਹੀਂ ਸੀ ਕਿਹਾ, ਉਹਨਾਂ ਨੇ ਮੇਰੀਆਂ ਅੱਖਾਂ 'ਚੋਂ ਪੜ੍ਹ ਲਿਆ ਸੀ ਜਿਵੇਂ ਮੈਂ ਦੂਸਰਿਆਂ ਦੀਆਂ ਅੱਖਾਂ ਪੜ੍ਹਨਾ, ਉਹਨਾਂ ਨੇ ਮੇਰੀਆਂ ਅੱਖਾਂ 'ਚੋਂ ਪੜ੍ਹ ਲਿੱਤਾ ਸੀ ਕਿ ਮੈਂ ਸੱਚ ਬੋਲ ਰਿਹਾ ਵੀ ਮੈਂ ਉਹਨਾਂ ਨੂੰ ਜਿੱਤ ਕੇ ਦੇਵਾਂਗਾ, ਇਸੇ ਕਰਕੇ ਉਹਨਾਂ ਨੂੰ ਬੜਾ ਵਿਸ਼ਵਾਸ ਸੀ ਮੇਰੇ ਤੇ ਉਹਨਾਂ ਲਿਖ ਕੇ ਦੇਣ ਨੂੰ ਤਿਆਰ ਸੀ ਔਰ ਮੈਨੂੰ ਲੱਗਦਾ ਉਹਨਾਂ ਨੇ ਲਿਖ ਕੇ ਦਿੱਤਾ ਵੀ ਹੈ। ਜੀ ਤੇ ਆਪਣੀ ਧਰਮ ਪਤਨੀ ਨੂੰ ਕਿਵੇਂ ਸਮਝਾਓਗੇ? ਉਹ ਤਾਂ ਤਮੰਨਾ ਪਾਲੀ ਬੈਠੇ ਸੀਗੇ ਮੇਰੇ ਜਿਹੜਾ ਹਮ ਸਫ਼ਰ ਹੈ ਉਹ ਡਿਪਟੀ ਚੀਫ ਮਿਨਿਸਟਰ ਹੁੰਦੇ ਜਾਂ ਹੈਲਥ ਮਿਨਿਸਟਰ ਹੁੰਦੇ, ਉਹਨਾਂ ਨੂੰ ਕਿਵੇਂ ਸਮਝਾਉਂਦੇ? ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਅਸੀਂ ਇਹ ਕੋਈ ਅਹੁਦੇ ਲੈਣ ਨਹੀਂ ਆਏ, ਅਸੀਂ ਕੰਮ ਕਰਨ ਆਏ, ਅਸੀਂ ਸੇਵਾ ਕਰਨ ਆਏ, ਠੀਕ ਹੈ ਤਮੰਨਾਵਾਂ ਹੁੰਦੀਆਂ ਸਾਰਿਆਂ ਦੀਆਂ ਹੁੰਦੀਆਂ ਪਰ ਸਾਡਾ ਜਿਹੜੀ ਮੇਰੀ ਆਪਣੀ ਹੈ ਉਹ ਇਹ ਹੈ ਵੀ ਮੈਨੂੰ ਤਾਂ ਜਿੱਥੇ ਵੀ ਅਰਵਿੰਦ ਕੇਜਰੀਵਾਲ ਜੀ, ਰਾਘਵ ਚੱਡਾ ਜੀ ਇਹ ਜੋ ਵੀ ਮੈਨੂੰ ਰੋਲ ਚ ਜਿਸ ਰੋਲ ਚ ਵੀ ਇਹ ਦੇਖਣਾ ਚਾਹੁੰਦੇ ਅਸੀਂ ਉਸ ਉਹ ਰੋਲ ਚ ਆਵਾਂਗੇ। ਕਈ ਵਾਰੀ ਡਾਕਟਰ ਸਾਹਿਬ ਇਦਾਂ ਹੁੰਦਾ, ਕਈ ਵਾਰੀ ਡਾਕਟਰ ਸਾਹਿਬ ਇਦਾਂ ਹੁੰਦਾ ਬੰਦਾ ਆਪ ਨਹੀਂ ਕਹਿ ਪਾਉਂਦਾ ਪਤਨੀ ਤੋਂ ਘਵਾ ਦਿੰਦਾ, ਕਿਤੇ ਇਦਾਂ ਤਾਂ ਨਹੀਂ ਸੀ? ਨਹੀਂ ਇਦਾਂ ਦੀ ਕੋਈ ਗੱਲ ਨਹੀਂ, ਇਹ ਕੋਈ ਨੀ, ਮੈਂ ਨੀ ਇਦਾਂ ਦੇ ਆ, ਮੈਂ ਨੀ ਉਹਨਾਂ ਨੂੰ ਕਿਹਾ। ਠੀਕ ਹੈ ਹਰ ਕਿਸੇ ਦੇ ਆਪਣੇ ਅਰਮਾਨ ਹੁੰਦੇ ਪਰ ਨਹੀਂ, ਆਪਣਾ ਤਾਂ ਇੱਕੋ ਹੀ ਟੀਚਾ ਹੈ ਕਿ ਪੰਜਾਬ ਬਦਲਣਾ। ਅੱਜ ਪੰਜਾਬ ਦੀ ਕਿਸਾਨੀ ਜਿਹੜੀ ਹੈ ਉਹ ਲਾਹੇਵੰਦ ਨਹੀਂ ਰਹੀ, ਕਿਸਾਨ ਜਿਹੜਾ ਖੁਦਕੁਸ਼ੀਆਂ ਕਰ ਰਿਹਾ, ਨੌਜਵਾਨਾਂ ਕੋਲ ਰੁਜ਼ਗਾਰ ਹੈ ਨਹੀਂ, ਉਹ ਨਸ਼ਿਆਂ ਵੱਲ ਨੂੰ ਜਾ ਰਹੇ ਤੇ ਭ੍ਰਿਸ਼ਟਾਚਾਰ ਬੁਰੀ ਤਰ੍ਹਾਂ ਜਿਹੜੀਆਂ ਇਹ ਸਾਡੇ ਪੰਜਾਬ ਦੀਆਂ ਜੜ੍ਹਾਂ ਖੋਖਲੀਆਂ ਕਰ ਰਿਹਾ। ਸੋ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ 'ਚ ਕਿਸਾਨੀ ਲਾਹੇਵੰਦ ਹੋਵੇ, ਨੌਜਵਾਨਾਂ ਕੋਲ ਰੁਜ਼ਗਾਰ ਹੋਵੇ, ਭ੍ਰਿਸ਼ਟਾਚਾਰ ਰਹਿਤ ਜਿਹੜਾ ਸਾਡਾ ਇੱਥੇ ਪ੍ਰਸ਼ਾਸਨ ਹੋਵੇ ਔਰ ਮਾਫੀਆ ਰਾਜ ਖਤਮ ਹੋਣ, ਰੁਜ਼ਗਾਰ ਮਿਲੇ ਲੋਕਾਂ ਨੂੰ। ਚਲੋ ਮੈਂ ਤੁਹਾਡਾ ਸੁਪਨਾ ਪੁੱਛ ਲਿਆ ਡਾਕਟਰ ਸਾਹਿਬ, ਵੈਸੇ ਤੁਸੀਂ ਬੜੇ ਸੰਕੋਚ ਨਾਲ ਦੱਸਿਆ ਆਪਦਾ ਸੁਪਨਾ, ਮੈਂ ਇੱਕ ਛੋਟਾ ਬ੍ਰੇਕ ਲਊਂਗਾ, ਬ੍ਰੇਕ ਤੋਂ ਬਾਅਦ ਵਾਪਸ ਆਊਂਗਾ। ਸੁਪਨੇ ਪੰਜਾਬ ਦੇ ਵੀ ਬਹੁਤ ਹੈ ਅਤੇ ਮੋਢਿਆਂ 'ਤੇ ਭਾਰ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਉੱਤੇ ਵੱਧ ਚੁੱਕਿਆ। ਅੱਜ ਇਹਨਾਂ ਕੋਲ ਮੌਕਾ ਨਹੀਂ ਹੈਗਾ ਸਵਾਲ ਕਰਨ ਦਾ, ਸਵਾਲ ਉਦੋਂ ਕਰਾਂਗੇ ਜਦੋਂ ਇਹ ਆਪਦਾ ਵਰਕਿੰਗ ਸਟਾਈਲ, ਆਪਦਾ ਕੰਮ, ਆਪਦੀ ਸੰਜੀਦਗੀ ਪੰਜਾਬ ਨੂੰ ਦਿਖਾਉਣਗੇ। ਜਦੋਂ ਉਦੋਂ ਕਮੀਆਂ ਪੇਸ਼ੀਆਂ ਹੋਈਆਂ ਉਦੋਂ ਉਹ ਤਿੱਖੇ ਸਵਾਲ ਵੀ ਵਾਪਸ ਆ ਜਾਣਗੇ। ਮੈਂ ਵਾਪਸ ਆ ਰਿਹਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਅਤੇ ਡਾਕਟਰ ਚਰਨਜੀਤ ਸਿੰਘ ਹਰਾ ਨਾਲ ਗੱਲਬਾਤ ਜਾਰੀ ਹੈ ਅਤੇ ਅਸੀਂ ਆਖਰੀ ਹਿੱਸੇ ਵਿੱਚ ਹਾਂ। ਡਾਕਟਰ ਚਰਨਜੀਤ ਸਿੰਘ, ਮੈਂ ਤੁਹਾਨੂੰ ਇਹ ਪੁੱਛਣਾ ਚਾਹ ਰਿਹਾ, ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਅਤੇ ਉਹ ਪਰਿਵਾਰ ਦੇ ਵਿਚਾਲਿਓ ਕੋਈ ਹੋਰ ਬੰਦਾ ਸਿਆਸਤ 'ਚ ਆਉਣਾ ਚਾਹੁੰਦਾ? ਨਹੀਂ, ਦੇਖੋ ਇਹ ਸਾਡਾ ਜਿਹੜਾ ਪਰਿਵਾਰ, ਮੈਂ ਆਪਣੇ ਪਰਿਵਾਰ ਬਾਰੇ ਦੱਸਣਾ ਚਾਹੁੰਦਾ ਕਿ ਜਿਹੜੇ ਮੇਰੇ ਫਾਦਰ ਸੀ ਉਹ 6 ਭਰਾ ਸੀ ਤੇ ਸਭ ਤੋਂ ਛੋਟੇ ਸੀ ਤੇ ਉਹਨਾਂ ਨੂੰ ਘਰਦਿਆਂ ਨੇ ਇਸ ਲਈ ਰੱਖ ਲਿਆ ਵੀ ਇੱਕ ਬੰਦਾ ਡੰਗਰ ਚਾਰਨ ਲਈ ਵੀ ਚਾਹੀਦਾ ਤੇ ਉਹ ਜਦੋਂ ਉਹਨਾਂ ਦੇ ਮਨ 'ਚ ਬੜੀ ਇਹ ਆਕਾਂਕਸ਼ਾ ਸੀ, ਉਹਨਾਂ ਦੀ ਚਾਹਤ ਸੀ ਵੀ ਉਹ ਪੜ੍ਹਨ, ਤਾਂ ਫਿਰ 1941 'ਚ ਉਹ ਜਦੋਂ ਵਰਲਡ ਵਾਰ ਸੈਕਿੰਡ ਲੱਗੀ ਉਹ ਘਰੋਂ ਭੱਜ ਕੇ ਉਸ 'ਚ ਫੌਜ 'ਚ ਜਿਹੜਾ ਦਾਖਲ ਉੱਥੇ ਜੁਆਇਨ ਕਰ ਲਈ, ਉਹਨਾਂ ਨੇ ਫੌਜ 'ਚ ਲੜੇ ਔਰ ਉੱਥੇ ਜਾ ਕੇ ਉਹਨਾਂ ਨੇ ਜਿਹੜੀ ਹੈ ਰੋਮਨ ਇੰਗਲਿਸ਼ ਪੜ੍ਹੀ ਔਰ ਮੈਟ੍ਰਿਕੁਲੇਸ਼ਨ ਪਾਸ ਕੀਤੀ ਤੇ ਜਦੋਂ ਵਾਪਸ ਆਏ 1965 'ਚ ਤਾਂ ਉਹਨਾਂ ਦੇ ਮਨ 'ਚ ਇਹ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਜਿਹੜਾ ਹੈਗਾ ਵਧੀਆ ਤਾਲੀਮ ਦੇਣੀ ਤੇ ਉਸ ਲਈ ਉਹਨਾਂ ਨੇ ਪਿੰਡ ਛੱਡਤਾ ਸਾਡਾ, ਸਿਆਲਵਾ ਮਾਜਰੀ ਪਿੰਡ ਹੈ ਇੱਥੇ 18 ਕਿਲੋਮੀਟਰ ਚੰਡੀਗੜ੍ਹ ਤੋਂ ਤੇ ਉਹ ਸਾਨੂੰ ਵਧੀਆ
ਜਿਹੜੀ ਤਾਲੀਮ ਦੇਣ ਲਈ ਐਜੂਕੇਸ਼ਨ ਦੇਣ ਲਈ ਉਹਨਾਂ ਨੇ ਪਿੰਡ ਛੱਡ ਕੇ ਪਹਿਲਾਂ ਅਸੀਂ ਖਰੜ ਰਹੇ 68 ਤੱਕ ਫਿਰ ਉਸ ਤੋਂ ਬਾਅਦ 69 ਚ ਅਸੀਂ ਚੰਡੀਗੜ੍ਹ ਆ ਗਏ ਇੱਥੇ ਉਹਨਾਂ ਨੂੰ ਇੱਕ ਪਲਾਟ ਛੋਟਾ ਜਿਹਾ ਅਲੋਟ ਹੋ ਗਿਆ ਸੀ ਆਰਮੀ ਕੋਟੇ ਚੋਂ ਤੇ ਇੱਥੇ ਉਹਨਾਂ ਨੇ ਮੈਨੂੰ ਇੰਗਲਿਸ਼ ਮੀਡੀਅਮ ਚ ਪਾਇਆ ਉਹਨਾਂ ਦੀ ਇਹੀ ਤਮੰਨਾ ਸੀ ਕਿ ਮੈਂ ਸਕੂਲ ਦਾ ਦਰਵਾਜ਼ਾ ਨਹੀਂ ਦੇਖਿਆ ਤੇ ਮੇਰੇ ਬੱਚੇ ਜਿਹੜੇ ਆ ਉਹਨਾਂ ਚ ਏਦਾਂ ਦੀ ਕਮੀ ਨਾ ਹੋਵੇ ਤੇ ਉਹ ਉਸ ਕਰਕੇ ਉਹ ਸੁਪਨੇ ਅਸੀਂ ਸਾਕਾਰ ਕਰਨਾ ਚਾਹੁੰਦੇ ਸੀ। ਤੁਸੀਂ ਭਾਵੁਕ ਹੋ ਗਏ ਆਪਣੇ ਪਿਤਾ ਨੂੰ ਯਾਦ ਕਰਕੇ? ਹਾਂਜੀ ਹਾਂਜੀ, ਸਾਡੇ ਮਦਰ ਵੀ ਮੇਰੇ ਉਹ ਅਨਪੜ੍ਹ ਸੀ ਬੋਲੋ ਡਾਕਟਰ ਸਾਹਿਬ, ਅੱਜ ਤੁਹਾਨੂੰ ਸੁਣਨਾ ਮੈਂ। ਹਾਂਜੀ, ਤੁਸੀਂ ਅੱਖਾਂ ਦੇ ਡਾਕਟਰ ਹੋ ਪਰ ਅੱਜ ਅੱਖਾਂ ਚੋਂ ਹੰਝੂ ਤੁਸੀਂ ਰੋਕ ਨਹੀਂ ਸਕਦੇ ਆਪਦੇ। ਤੇ ਅੱਜ ਜਦੋਂ ਇਸ ਮੁਕਾਮ ਤੇ ਮੈਂ ਪਹੁੰਚਿਆ, ਅੱਜ ਉਹ ਹੈ ਨਹੀਂ ਇੱਥੇ। ਇੱਥੇ ਆ ਕੇ ਬੰਦਾ ਕੁਛ ਨਹੀਂ ਕਹਿ ਸਕਦਾ। ਹਾਂਜੀ ਹਾਂਜੀ ਬਿਲਕੁਲ, ਬੜੇ ਖੁਸ਼ ਹੁੰਦੇ ਹੋ। ਅਗਰ ਅੱਜ ਜਿੰਦਾ ਹੁੰਦੇ ਤਾਂ ਦੇਖਦੇ। ਮੇਰੇ ਜੇ ਤੁਸੀਂ ਕੋਲ ਹੁੰਦੇ ਤਾਂ ਮੈਂ ਤੁਹਾਡੇ ਅਹਿਸਾਸਾਂ ਨੂੰ ਮਹਿਸੂਸ ਕਰ ਸਕਦਾ, ਮੈਂ ਤੁਹਾਨੂੰ ਹੌਸਲਾ ਵੀ ਦੇ ਸਕਦਾ, ਪਰ ਬਹੁਤ ਦੂਰ ਬੈਠੇ ਹਾਂ ਆਪਾਂ। ਹਾਂਜੀ ਚਲੋ ਕੋਈ ਨਹੀਂ ਜੀ, ਐਸੇ ਪਲ ਵੀ ਆਉਂਦੇ ਜ਼ਿੰਦਗੀ ਚ। ਚਲੋ ਵੀ ਹੈਵ ਟੂ ਕੈਰੀ ਔਨ, ਵੀ ਹੈਵ ਟੂ ਗੋ ਔਨ, ਆਪਣਾ ਅੱਗੇ ਚੱਲਣਾ ਪੈਂਦਾ ਤੇ ਅਸੀਂ ਚੱਲਦੇ ਰਵਾਂਗੇ ਤੇ ਉਹਨਾਂ ਦੇ ਦਰਸਾਏ ਮਾਰਗ ਤੇ ਚੱਲਾਂਗੇ। ਔਰ ਜਿਸ ਮਕਸਦ ਲਈ ਆਪਾਂ ਤੁਰੇ ਹੋਏ ਹਾਂ ਕਿ ਅਸੀਂ ਸਮਾਜ ਨੂੰ ਬਦਲਣਾ, ਡਾਕਟਰ ਸਾਹਿਬ ਮਕਸਦ ਲਈ ਹੁਣ ਮੈਂ ਸੋਚਦਾ ਸੀ ਪੋਲਿਟਿਕਸ ਆਉਣਾ ਬਹੁਤ ਜ਼ਰੂਰੀ ਆ, ਉੱਥੇ ਪਹੁੰਚ ਗਏ, ਹੁਣ ਅਸੀਂ ਸੇਵਾ ਕਰਾਂਗੇ। ਅਰਵਿੰਦ ਕੇਜਰੀਵਾਲ ਜੀ ਦੇ ਸਿਪਾਹੀ ਹਾਂ ਅਸੀਂ, ਉਹ ਉਹਨਾਂ ਨੇ ਦੱਸਿਆ ਸਾਨੂੰ ਕਿ ਆਪਾਂ ਪੰਜਾਬ ਬਦਲਣਾ, ਅਸੀਂ ਪੰਜਾਬ ਬਦਲਾਂਗੇ। ਡਾਕਟਰ ਸਾਹਿਬ ਮੈਂ ਇਸੇ ਜਿਹੜਾ ਤੁਸੀਂ ਬੜਾ ਸਧਾਰਨ ਸ਼ਬਦਾਂ ਦੇ ਵਿੱਚ ਆਪਦੇ ਪਰਿਵਾਰ ਬਾਰੇ ਵੀ ਦੱਸਿਆ, ਤੁਹਾਡੇ ਪਰਿਵਾਰ ਬਾਰੇ ਵੀ ਸਮਝਣਾ ਜਾਣਨਾ ਜ਼ਰੂਰੀ ਹੈਗਾ, ਕਿਸ ਪਰਿਵਾਰ 'ਚੋਂ ਤੁਸੀਂ ਆਏ ਹੋ, ਤੁਸੀਂ ਉਸ ਬਾਰੇ ਦੱਸਿਆ। ਡਾਕਟਰ ਸਾਹਿਬ ਤੁਹਾਡੇ ਗਰੀਬ ਅਸਲ 'ਚ ਹੈ ਕੌਣ ਹੈ? ਕਿਉਂਕਿ ਮਿਸਟਰ ਚੰਨੀ ਕਹਿੰਦੇ ਰਹੇ ਮੈਂ ਗਰੀਬ ਹੈ, ਉੱਧਰੋਂ ਤੁਸੀਂ ਕਹਿੰਦੇ ਰਹੇ ਮੈਂ ਗਰੀਬ ਹੈ। ਸਰ ਅਸਲ 'ਚ ਤਾਂ ਪੰਜਾਬ ਗਰੀਬ ਹੈ ਸਰ, ਜਿਹੜਾ ਕਰਜ਼ਾਈ ਹੋਇਆ ਪਿਆ, ਇੰਨਾ ਕਰਜ਼ਾ ਪੰਜਾਬ ਦੇ ਉੱਤੇ। ਸਰ ਮੈਂ ਇਹ ਕਿਹਾ ਕਿ ਮੈਂ ਗਰੀਬ ਹਾਲਾਤਾਂ 'ਚ ਅਸੀਂ ਪੜ੍ਹੇ ਹਾਂ। ਮੇਰੇ ਫਾਦਰ ਨੂੰ ਫਿਰ 1975 'ਚ ਬਾਹਰ ਜਾਣਾ ਪਿਆ, ਜਦੋਂ ਨਾ ਸਾਡੇ ਜਿਹੜੇ ਪੜ੍ਹਾਈ ਤੇ ਖਰਚ ਹੁੰਦਾ ਸੀ, ਫਿਰ ਉਹ ਦੁਬਈ ਗਏ, ਉੱਥੇ ਉਹਨਾਂ ਨੇ ਕੰਮ ਕਾਰ ਕੀਤਾ। ਔਰ ਮੈਨੂੰ ਮੈਂ ਉਦੋਂ 8ਵੀਂ ਸੀ ਤੇ ਘਰ ਦੀਆਂ ਜ਼ਿੰਮੇਵਾਰੀਆਂ ਵੀ ਸਾਰੀਆਂ ਨਿਭਾਉਣੀਆਂ ਪੈਂਦੀਆਂ ਸੀ ਤੇ 10ਵੀਂ 'ਚ ਫਿਰ ਮੇਰੇ ਬੜੇ ਵਧੀਆ, ਉਦੋਂ 72% ਨੰਬਰ ਆਏ ਸੀ ਜੀ, ਉਦੋਂ 1977 'ਚ ਜੀ। ਤੇ ਘਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਈਆਂ, ਫਿਰ ਡਾਕਟਰ ਬਣੇ। 79 'ਚ ਮੈਨੂੰ ਐਡਮਿਸ਼ਨ ਮਿਲੀ, ਉੱਥੋਂ ਵੀ ਫਸਟ ਡਿਵੀਜ਼ਨ 'ਚ ਮੈਂ ਪਾਸ ਹੋਇਆ। ਫਿਰ PGI 'ਚ ਐਡਮਿਸ਼ਨ ਮਿਲੀ, ਜਦੋਂ PGI ਐਡਮਿਸ਼ਨ ਮਿਲੀ ਤਾਂ ਮੈਂ ਇੱਕ ਇਕੱਲਾ ਹੀ ਪੰਜਾਬ 'ਚ ਇਕੱਲਾ ਬੰਦਾ ਸੀ ਜਿਹਨੂੰ PGI 'ਚ ਅੱਖਾਂ ਦੇ ਡਿਪਾਰਟਮੈਂਟ 'ਚ ਮਿਲੀ ਸੀ। ਤਾਂ ਮੈਨੂੰ ਫਿਰ ਉਸ ਤੋਂ ਬਾਅਦ ਸਾਡੇ ਹੁਣ ਮੇਰੀ ਵਾਈਫ, ਉਹਨਾਂ ਨੇ ਵੀ ਬੜੀ ਪਹਿਲਾਂ ਤਾਂ ਵਿਰੁੱਧ ਸੀਗੇ ਪੋਲੀਟਿਕਸ ਜਾਣ ਦੇ, ਪਰ ਜਦੋਂ ਉਹਨਾਂ ਨੂੰ ਦੱਸਿਆ ਕਿ ਪੋਲੀਟਿਕਸ ਬੜੀ ਗੰਧਲੀ ਹੈ, ਜਦ ਤੱਕ ਇਹਦੇ 'ਚ ਚੰਗੇ ਬੰਦੇ ਨਹੀਂ ਆਉਣਗੇ ਤਾਂ ਆਪਾਂ ਇਹਨੂੰ ਸਾਫ਼ ਨਹੀਂ ਕਰ ਸਕਦੇ। ਤਾਂ ਅੰਤ 'ਚ ਮੇਰੇ ਬੱਚਿਆਂ ਨੇ ਵੀ ਉਹ ਮੇਰੀ ਸਪੋਰਟ ਕੀਤੀ ਤੇ ਮੈਂ ਫਿਰ ਫੁੱਲ ਫਲੈਗਡ ਜਿਹੜਾ ਪੋਲੀਟਿਕਸ 'ਚ ਆਇਆ। ਤੇ ਏਦਾਂ ਦੇ ਹਾਲਾਤ ਰਹੇ ਪਰ ਹੁਣ ਚੰਗਾ ਲੱਗਦਾ, ਹਲੇ ਵੀ ਬਹੁਤ ਕੁਛ ਕਰਨਾ ਹੈ ਤੇ ਪੰਜਾਬ ਨੂੰ ਇੱਕ ਨਵਾਂ ਪੰਜਾਬ ਬਣਾਉਣਾ, ਸੁਧਾਰਨਾ ਸੀ ਤੇ ਲੱਗੇ ਰਵਾਂਗੇ ਜਿੰਨੀ ਦੇਰ ਹੈਗੇ ਆ ਆਖਰੀ ਸਾਹ ਤੱਕ। ਚਲੋ ਤੁਹਾਡੇ ਪ੍ਰੋਫੈਸ਼ਨ ਦੇ ਰਿਲੇਟਡ ਮੈਂ ਕੁਝ ਸਵਾਲ ਕਰਨਾ ਚਾਹੁੰਦਾ ਤੁਹਾਨੂੰ। ਪੰਜਾਬ ਦੇ ਵਿੱਚ ਸਿਹਤ ਸੰਬੰਧੀ ਬਹੁਤ ਸਮੱਸਿਆਵਾਂ ਹੈਗੀਆਂ, ਤੁਸੀਂ ਕਹਿ ਰਹੇ ਹੋ ਕਿ ਮੁਹੱਲਾ ਕਲੀਨਿਕ ਵਾਲਾ ਮਾਡਲ ਜਿਹੜਾ ਦਿੱਲੀ ਦੇ ਵਿੱਚ ਹੈਗਾ ਉਸ ਦੀ ਤਰਜ਼ 'ਤੇ ਪੰਜਾਬ ਵਿੱਚ ਕੰਮ ਕੀਤਾ ਜਾਊਗਾ। ਮੇਰਾ ਸਵਾਲ ਹੈ ਡਾਕਟਰ ਚਰਨਜੀਤ ਸਿੰਘ ਕਿ ਤੁਸੀਂ ਸਰਕਾਰੀ ਨੌਕਰੀ ਤੋਂ ਆਪਦਾ ਪ੍ਰਾਈਵੇਟ ਕੰਮ ਸ਼ੁਰੂ ਕੀਤਾ,
पर जिहड़े इत्थे हुण प्राइवेट कारपोरेट्स मैं जिन्हां दी गल करदा वह पंजाबियों नूं लुटदे पए आ उन्हां बारे तुहाडी की नीति रहेगी? पंजाब देखो पंजाब दा जो सिस्टम खराब होया हेल्थ सिस्टम सरकारी सिस्टम पब्लिक सिस्टम दी गल करदा वह इसे लई इन्हां इन्हां सियासतदानां ने जान के खराब किया कि लोग प्राइवेट सिस्टम सरकारी सिस्टम तो तंग आके प्राइवेट सिस्टम वल जान और ये जो प्राइवेट सिस्टम है वड्डे वड्डे हस्पताल कारपोरेट घरानिया के है सो ये जो हम जो असी एक वधिया सिस्टम एक पब्लिक सिस्टम देवे तो अपने आप लोगों का विश्वास जोड़ा है वह पब्लिक सिस्टम च बनेगा और उन्होंने जोड़ी लुट सुट हो रही है प्राइवेट सिस्टम च वह बंद होगी। ਇਦਾਂ ਹੀ ਜੇ ਆਪਾਂ ਐਜੂਕੇਸ਼ਨ ਦੀ ਗੱਲ ਕਰ ਲਈਏ ਸਰ ਉਹਦੇ ਵਾਸਤੇ ਪਾਲਿਸੀ ਕੀ ਹੈ ਸਰ? ਮੈਂ ਮੈਡੀਕਲ ਲਾਈਨ ਦੇ ਵਿੱਚ ਤੁਹਾਡੇ ਤੋਂ ਸਮਝਣਾ ਚਾਹੁੰਦਾ ਜਿਹੜੇ ਜਿੰਦੇ ਤੁਸੀਂ ਮਾਹਰ ਵੀ ਹੋ ਉਹਦੇ ਲਈ ਪਾਲਿਸੀ ਕੀ ਹੈ ਸਰ? ਤੁਸੀਂ ਰੇਟਸ ਤੈਅ ਜਿਹੜੇ ਕੀਤੇ ਹੋਏ ਆ ਸਰਕਾਰੀ ਰੇਟ ਉਹ ਲਾ ਸਕਦੇ ਹੋ ਸਰ? ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਐਕਟ ਬਣਿਆ ਹੋਇਆ ਉਸ ਐਕਟ ਦੇ ਮੁਤਾਬਕ ਹੀ ਤੁਸੀਂ ਇਹ ਸੋਧਾਂ ਕਰ ਸਕਦੇ ਹੋ। ਕਹਿ ਸਕਦੇ ਹੋ ਪ੍ਰਾਈਵੇਟ ਹਸਪੀਟਲਸ ਨੂੰ ਕਿ ਤੁਸੀਂ ਭਰਾਈਆ ਰੇਟ ਲਿਖ ਕੇ ਲਾਓ ਕਿ ਨਹੀਂ ਕਹਿ ਸਕਦੇ? ਹੱਥ ਬੰਨੇ ਹੋਏ ਤੁਹਾਡੇ। ਬਿਲਕੁਲ ਕਹਿ ਸਕਦੇ ਹਾਂ ਜੀ, ਬਿਲਕੁਲ ਕਹਿ ਸਕਦੇ ਹਾਂ ਉਹਨਾਂ ਨੂੰ ਅਸੀਂ ਕਹਾਂਗੇ ਕਿ ਆਪਣਾ ਜੋ ਵੀ ਹੈ ਇੱਕ ਤਾਂ ਰੇਟਾਂ 'ਚ ਸੁਧਾਰ ਕਰਨ ਕਿਉਂਕਿ ਤੁਸੀਂ ਦੇਖਿਆ ਕਿ ਬਾਹਰ ਜਿਹੜੇ ਪ੍ਰਾਈਵੇਟ ਹਸਪਤਾਲਾਂ 'ਚ ਜਿਹੜੇ ਬਹੁਤ ਵੱਧ ਕੇ ਜਿਹੜੇ ਰੇਟ ਕਿਸੇ ਵੀ ਚਾਹੇ ਉਹ ਸਰਜਰੀ ਦੇ ਹੋਣ ਬਹੁਤ ਜ਼ਿਆਦਾ ਵੱਧ ਕੇ ਲਾਏ ਹੋਏ ਆ ਸੋ ਉਹਨਾਂ 'ਚ ਵੀ ਸੁਧਾਰ ਹੋਏਗਾ ਔਰ ਇੱਕ ਜਿਹੜਾ ਪਬਲਿਕ ਸਿਸਟਮ 'ਚ ਅਸੀਂ ਵਧੀਆ ਹਸਪਤਾਲ ਬਣਾਵਾਂਗੇ ਲੋਕਾਂ ਨੂੰ ਜਿਹੜਾ ਜਦੋਂ ਪਬਲਿਕ ਸਿਸਟਮ 'ਚ ਸਸਤੇ ਜਾਂ ਮੁਫ਼ਤ ਜਿਵੇਂ ਅਸੀਂ ਕਿਹਾ ਮੁਫ਼ਤ ਔਰ ਵਧੀਆ ਜਿਹੜੀ ਅਸੀਂ ਜਿਹੜੀਆਂ ਹੈਲਥ ਦੀਆਂ ਫੈਸਿਲਿਟੀਜ਼ ਦੇਣੀਆਂ ਜਦੋਂ ਉਹ ਮਿਲਣਗੀਆਂ ਤਾਂ ਆਪਣੇ ਆਪ ਪ੍ਰਾਈਵੇਟ ਸਿਸਟਮ ਤੇ ਵੀ ਜਿਹੜਾ ਹੈਗਾ ਉਹ ਪ੍ਰੈਸ਼ਰ ਪਏਗਾ ਔਰ ਉਹ ਵੀ ਉਹ ਆਪਣੇ ਆਪ ਜਿਹੜਾ ਸੁਧਾਰ ਕਰਨਗੇ ਰੇਟ ਵੀ ਕਢਾਉਣਗੇ ਔਰ ਗਵਰਨਮੈਂਟ ਵੀ ਜਿਹੜੀ ਹੈਗੀ ਉਹਨਾਂ ਨੂੰ ਦੇਵੇਗੀ। ਠੀਕ ਹੈ ਜੀ। ਇਹ ਆਮ ਆਦਮੀ ਪਾਰਟੀ 'ਚ ਕਿਉਂ ਮੈਨੂੰ ਲੱਗਦਾ ਕਿ ਡਾਕਟਰ ਸਰ ਜਿਹੜੇ ਆਮ ਆਦਮੀ ਪਾਰਟੀ ਵੱਲ ਬਹੁਤ ਜਾ ਰਹੇ ਆ ਹਾਲਾਂਕਿ ਬਹੁਤ ਹੋਰ ਵਰਗਾਂ ਦੇ ਵੀ ਲੋਕ ਵੀ ਜਾ ਰਹੇ ਆ ਪਰ ਤੁਸੀਂ ਹੋ ਗਏ ਡਾਕਟਰ ਬਲਜੀਤ ਕੌਰ ਹੋ ਗਏ ਆਈ ਸਰਜਨ ਜਿਹਨਾਂ ਮੈਂ ਗੱਲ ਕਰਾਂ ਡਾਕਟਰ ਬਲਬੀਰ ਸਿੰਘ ਹੋ ਗਏ ਇਸ ਤੋਂ ਇਲਾਵਾ ਇੱਕ ਡਾਕਟਰ ਸਾਹਿਬ ਸੀਗੇ ਅੰਮ੍ਰਿਤਸਰ ਵਾਲੇ ਉਹਨਾਂ ਹੀ ਰਹੇ ਗਏ ਇਹ ਅੱਖਾਂ ਵਾਲੇ ਡਾਕਟਰ ਆ ਜਿਹੜੇ ਉਹਨਾਂ ਦਾ ਰੁਝਾਨ ਕਿਉਂ ਆਮ ਆਦਮੀ ਪਾਰਟੀ ਵੱਲ ਉਹਨਾਂ ਦੀਆਂ ਅੱਖਾਂ ਨੂੰ ਆਮ ਆਦਮੀ ਪਾਰਟੀ ਕੋਲ ਦੇਖਦੀ ਪਈ ਸਰ? ਅੱਖਾਂ ਵਾਲੇ ਡਾਕਟਰ ਜਿਹੜੇ ਇਹ ਜ਼ਿਆਦਾ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਵੀ ਜ਼ਿਆਦਾ ਲੋਕਾਂ ਦੇ ਕਲੋਜ਼ ਹੁੰਦੇ ਆ ਤੁਸੀਂ ਆਮ ਦੇਖੋ ਵੀ ਤੁਸੀਂ ਖੰਘ ਜ਼ੁਕਾਮ ਦੀ ਆਮ ਬਿਮਾਰੀ ਦੀ ਜਦੋਂ ਮਰਜ਼ੀ ਦਵਾਈ ਲੈ ਲੈਂਦੇ ਹੋ ਲੇਕਿਨ ਜਦੋਂ ਅੱਖਾਂ ਦੀ ਗੱਲ ਹੋਵੇ ਤਾਂ ਫਿਰ ਤੁਸੀਂ ਬਹੁਤ ਸੋਚ ਸਮਝ ਕੇ ਜਿਹੜੇ ਜਾਂਦੇ ਹੋ ਵੀ ਅੱਖਾਂ ਦੇ ਕਿਹੜੇ ਡਾਕਟਰ ਕੋਲ ਜਾਈਏ ਸੋ ਅੱਖਾਂ 'ਚ ਲੋਕਾਂ ਦਾ ਪਹਿਲਾਂ ਵਿਸ਼ਵਾਸ ਬਣਾਉਣਾ ਪੈਂਦਾ ਅੱਖਾਂ ਦੇ ਮਾਮਲੇ 'ਚ ਔਰ ਤਾਂ ਹੀ ਲੋਕੀ ਅੱਖਾਂ ਦੇ ਡਾਕਟਰਾਂ ਦੇ ਜ਼ਿਆਦਾ ਵਿਸ਼ਵਾਸ ਵੀ ਕਰਦੇ ਆ ਤੇ ਇਸ ਮੈਨੂੰ ਇਸ ਇਹ ਵਿਸ਼ਵਾਸ ਬਣਾਉਣ ਲਈ ਦੇਖੋ 30-32 ਸਾਲ ਮੈਂ ਉਸ ਹਲਕੇ 'ਚ ਜੀ ਤੇ ਉਹ ਵਿਸ਼ਵਾਸ ਬਣਵਾਇਆ। ਮੈਨੂੰ ਇੱਕ ਸ਼ਾਇਰ ਦੀਆਂ ਦੋ ਲਾਈਨਾਂ ਯਾਦ ਆ ਗਈਆਂ ਡਾਕਟਰ ਸਾਹਿਬ। ਉਹ ਕਹਿੰਦਾ ਸੀ ਤੁਮਨੇ ਆਂਖੋਂ ਕੋ ਤੋ ਦੇਖਾ ਲੇਕਿਨ ਆਂਖੋਂ ਮੇਂ ਨਹੀਂ ਦੇਖਾ। ਤੁਸੀਂ ਅੱਖਾਂ 'ਚ ਦੇਖਦੇ ਹੋ। ਹਾਂਜੀ ਹਾਂਜੀ ਇੱਕ ਮੈਨੂੰ ਵੀ ਉਹ ਸ਼ੇਰ ਯਾਦ ਆ ਰਿਹਾ ਸੀ ਜੀ ਕਿ ਉਸ ਮੁਲਕ ਕੀ ਸਰਹੱਦ ਕੋ ਕੋਈ ਛੂ ਨਹੀਂ ਸਕਤਾ ਜਿਸ ਮੁਲਕ ਕੀ ਸਰਹੱਦ ਕੀ ਨਿਗਹਬਾਨ ਹੈ ਆਂਖੇ। ਕਿਆ ਬਾਤ ਕਿਆ ਬਾਤ। ਅੱਖਾਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਅੱਖਾਂ ਦੇ ਮਾਧਿਅਮ ਤੋਂ ਹੀ ਜਿਹੜਾ ਹੈਗਾ ਇਹ ਜੋ ਕਰਾਮਾਤ ਜੋ ਕੁਦਰਤ ਨੂੰ ਅਸੀਂ ਲੱਭ ਰਹੇ ਹਾਂ ਜੋ ਸਾਇੰਟਿਸਟ ਉਹਨਾਂ ਨੇ ਵੀ ਲੱਭਿਆ ਇਹ ਅੱਖਾਂ ਦੇ ਮਾਧਿਅਮ ਤੋਂ ਹੀ ਲੱਭਿਆ। ਅੱਖਾਂ ਨੂੰ ਅਸੀਂ ਨਾ ਜੇ ਆਪਾਂ ਮੈਡੀਕਲ ਲੈਂਗੁਏਜ ਵੀ ਦੇਖੀਏ ਤਾਂ 90% ਮੰਨਦੇ ਹਾਂ ਸਰੀਰ ਦਾ 90% ਅੱਖਾਂ ਹੈ ਬਾਕੀ ਸਾਰਾ ਸਰੀਰ 10% ਹੈ ਔਰ ਜਿਵੇਂ ਪੰਜਾਬੀ ਚ ਵੀ ਕਹਿੰਦੇ ਵੀ ਅੱਖਾਂ ਗਈਆਂ ਤਾਂ ਜਹਾਨ ਗਈਆਂ ਜਹਾਨ ਗਿਆ ਸੋ ਅੱਖਾਂ ਦਾ ਬਹੁਤ ਵੱਡਾ ਰੋਲ ਹੈ ਇਸ ਕਰਕੇ ਅੱਖਾਂ ਦੇ ਡਾਕਟਰਾਂ ਦਾ ਵੀ ਬਹੁਤ ਵੱਡਾ ਰੋਲ ਹੈ ਜਿਹੜਾ ਸਿਆਸਤ 'ਚ ਆਏ ਨੇ ਔਰ ਮੈਂ ਬਹੁਤ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਰਾਘਵ ਚੱਡਾ ਜੀ ਸਾਰਿਆਂ ਦਾ ਕਿ ਉਹਨਾਂ ਨੇ ਇਸ ਵਾਰ ਬੁੱਧੀਜੀਵੀ ਲੋਕਾਂ ਨੂੰ ਜਿਹੜਾ ਹੈਗਾ ਤਰਜੀਹ ਦਿੱਤੀ। ਪੰਜਾਬ ਦੀਆਂ ਜਿਹੜੀਆਂ ਅੱਖਾਂ ਨੇ ਸੁਪਨੇ ਦੇਖੇ ਉਹ ਸੁਪਨੇ ਆਮ ਆਦਮੀ ਪਾਰਟੀ ਪੂਰੇ ਕਰ ਸਕਦੀ ਹੈ? ਤੋੜਦੇ ਤਾਂ ਨਹੀਂ ਸੁਪਨੇ ਤੁਸੀਂ? ਨਹੀਂ ਅਸੀਂ ਸਾਕਾਰ ਕਰਾਂਗੇ ਜੀ ਅਸੀਂ ਉਹਨਾਂ ਦੇ ਅੱਖਾਂ 'ਚ ਜਿਹੜੇ ਸੁਪਨੇ ਟੁੱਟੇ ਹੋਏ ਪਹਿਲਾਂ ਦੇਖੇ ਆ ਟੁੱਟੇ ਹੋਏ ਉਹਨਾਂ ਨੂੰ ਅਸੀਂ ਜੋੜਾਂਗੇ ਉਹਨਾਂ ਨੂੰ ਸਾਕਾਰ ਕਰਾਂਗੇ ਪੰਜਾਬ ਨੂੰ ਇੱਕ ਨਵਾਂ ਪੰਜਾਬ ਬਣਾਵਾਂਗੇ ਪੂਰੇ ਆਪਣੀ ਤਨਦੇਹੀ ਨਾਲ ਮਿਹਨਤ ਕਰਕੇ ਜਿਹੜਾ ਹੈਗਾ ਉਹੀ ਪੰਜਾਬ ਇੱਕ ਰੰਗਲਾ ਪੰਜਾਬ ਜੋ ਕਿਤੇ ਕਦੇ ਪਹਿਲਾਂ ਹੁੰਦਾ ਸੀ ਅੱਜ ਤੋਂ 30 ਸਾਲ ਪਹਿਲਾਂ ਉਹੀ ਰੰਗਲਾ ਪੰਜਾਬ ਦੁਬਾਰਾ ਬਣਾਵਾਂਗੇ ਜਿੱਥੇ ਕਿਸਾਨਾਂ ਦੇ
ਚਿਹਰਿਆਂ ਤੇ ਮੁਸਕਾਨ ਹੋਏਗੀ, ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ, ਨਸ਼ਿਆਂ ਤੋਂ ਛੁਟਕਾਰਾ ਮਿਲੇਗਾ, ਭ੍ਰਿਸ਼ਟਾਚਾਰ ਤੋਂ ਛੁਟਕਾਰਾ ਮਿਲੇਗਾ ਔਰ ਇੱਕ ਵਧੀਆ ਪੰਜਾਬ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੁਬਾਰਾ ਜਿਹੜਾ ਹੈਗਾ ਇਹ ਸੁਰਖੀਆਂ ਚ ਆਉਣਗੇ। ਚਲੋ ਡਾਕਟਰ ਚਰਨਜੀਤ ਸਿੰਘ, ਤੁਸੀਂ ਵਕਤ ਕੱਢਿਆ, ਤੁਹਾਡਾ ਬਹੁਤ ਧੰਨਵਾਦ। ਜੇ ਤੁਸੀਂ ਅਖੀਰ ਦੇ ਵਿੱਚ ਕੁਛ ਕਹਿਣਾ ਚਾਹੁੰਦੇ ਹੋ ਤੁਸੀਂ ਕਹਿ ਸਕਦੇ ਹੋ। ਮੈਂ ਅਖੀਰ ਚ ਇਹੀ ਕਹੂੰਗਾ ਕਿ ਸਿਤਾਰੋਂ ਸੇ ਆਗੇ ਜਹਾਂ ਔਰ ਵੀ ਅਭੀ ਇਸ਼ਕ ਇਮਤਿਹਾ ਔਰ ਵੀ ਹੈ, ਮੈਂ ਹੂੰ ਸ਼ਾਹੀ ਪਰਵਾਜ਼ ਹੈ ਕਾਮ ਮੇਰਾ, ਮੇਰੇ ਆਗੇ ਆਸਮਾਂ ਔਰ ਵੀ ਹੈ। ਚਲੋ ਤੁਹਾਡੀ ਪਰਵਾਜ਼ ਆ ਜਿਹੜੀ ਉਸ ਆਸਮਾਂ ਦੀਆਂ ਬੁਲੰਦੀਆਂ ਨੂੰ ਛੂਹੇ, ਅਸੀਂ ਕਾਮਨਾ ਕਰਦੇ ਹਾਂ। ਪਰ ਜਿੱਥੇ ਡਾਕਟਰ ਸਾਹਿਬ ਤੁਹਾਡੇ ਕੰਮ ਦੇ ਵਿੱਚ ਕੋਈ ਕੁਤਾਹੀ ਹੋਈ ਤਾਂ ਫਿਰ ਤਿੱਖੇ ਸਵਾਲ ਲੈ ਕੇ ਮੈਂ ਹਾਜ਼ਰ ਜ਼ਰੂਰ ਹੋਊਂਗਾ। ਬਿਲਕੁਲ ਜੀ, ਚਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਡਾਕਟਰ ਚਰਨਜੀਤ ਸਿੰਘ। ਇਹਨਾਂ ਨੇ ਮੁੱਖ ਮੰਤਰੀ ਜਿਹੜੇ ਹੁਣ ਸਾਬਕਾ ਹੋ ਕੇ ਆ ਅਤੇ ਸਾਬਕਾ ਮੁੱਖ ਮੰਤਰੀ ਦੇ ਜਿਹੜਾ ਟੈਗ ਲੱਗਿਆ ਹੈਗਾ ਉਹਨਾਂ ਵਿੱਚ ਡਾਕਟਰ ਚਰਨਜੀਤ ਸਿੰਘ ਦਾ ਨਾਮ ਮੁਰੇ ਆਉਂਦਾ ਹੈ, ਕਿਉਂਕਿ ਚਮਕੌਰ ਸਾਹਿਬ ਹਲਕਾ ਗੜ੍ਹ ਮੰਨਿਆ ਜਾਂਦਾ ਸੀ ਮੁੱਖ ਮੰਤਰੀ ਦਾ। ਉੱਥੋਂ ਡਾਕਟਰ ਚਰਨਜੀਤ ਸਿੰਘ ਨੇ 111 ਦਿਨਾਂ ਵਾਲੇ ਮੁੱਖ ਮੰਤਰੀ ਨੂੰ ਹਰਾ ਦਿੱਤਾ। ਇਸੇ ਕਰਕੇ ਇਸ ਅੱਖਾਂ ਵਾਲੇ ਡਾਕਟਰ ਨੂੰ ਅਸੀਂ ਸਾਰੇ ਉਹ ਸਵਾਲ ਕੀਤੇ ਆ ਜਿਹੜੇ ਕਿ ਪੰਜਾਬ ਦੀਆਂ ਅੱਖਾਂ 'ਤੇ ਸੁਪਨੇ ਆ ਜਿਹੜੇ ਉਹ ਅਧੂਰੇ ਆ, ਉਹ ਕਹਿੰਦੇ ਅਸੀਂ ਪੂਰੇ ਕਰਾਂਗੇ। ਅੱਜ ਇਹਨਾਂ ਦੇ ਸਫ਼ਰ ਬਾਰੇ ਜਾਣਨਾ ਸੀਗਾ। ਉਸ ਤੋਂ ਬਾਅਦ ਜਦੋਂ ਇਹ ਕੰਮ ਕਰਨਗੇ ਬਤੌਰ ਵਿਧਾਇਕ ਜਾਂ ਉਸ ਤੋਂ ਬਾਅਦ ਜਿਹੜੀਆਂ ਪਾਰਟੀ ਜ਼ਿੰਮੇਵਾਰੀਆਂ ਨੂੰ ਦਊਗੀ ਜਾਂ ਜੇ ਸਰਕਾਰ ਦੇ ਵਿੱਚ ਵੀ ਇਹਨਾਂ ਦੀ ਹਿੱਸੇਦਾਰੀ ਹੁੰਦੀ ਹੈ, ਉਦੋਂ ਸਵਾਲ ਉਸ ਪੱਧਰ 'ਤੇ ਹੋਣਗੇ। ਅੱਜ ਲਈ ਨਹੀਂ, ਬਹੁਤ ਧੰਨਵਾਦ।